ਕਾਕਾ ਗੁਰਜਿੰਦਰਜੀਤ ਸਿੰਘ ਜੀ ਮੰਗੀ ਉਹਨਾਂ ਦੀ ਮਿੱਟੀ ਦੇ ਮਿੱਟੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵਿਖੇ ਪਿਛਲੇ ਦਿਨਾਂ ਤੋਂ ਲੈ ਕੇ ਰੱਬੀ ਬਾਣੀ ਦੇ ਸੰਸਾਈ ਪਾਠ ਪ੍ਰਕਾਸ਼ ਕੀਤੇ ਹੋਏ ਸਨ। ਸਤਿਗੁਰੂ ਜੀ ਰੱਬੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ਹਨ। ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ ਹੈ, ਬੇਅੰਤ ਸੰਗਤਾਂ ਵੱਲੋਂ ਜਪੁਜੀ ਸਾਹਿਬ ਪਾਠ, ਟੀਚਰਾਂ ਵੱਲੋਂ ਜਪੁਜੀ ਸਾਹਿਬ ਦੇ ਪਾਠ, ਬੱਚਿਆਂ ਵੱਲੋਂ ਜਪੁਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ ਅਤੇ ਚੌਥੀ ਸਾਹਿਬ ਦੇ ਪਾਠ ਕਾਕਾ ਗੁਰਵਿੰਦਰਜੀਤ ਸਿੰਘ ਦੀ ਯਾਦ ਵਿੱਚ ਕੀਤੇ ਗਏ ਹਨ। ਸਤਿਗੁਰੂ ਜੀ ਕਿਰਪਾ ਕਰਦੇ ਆਪ ਜੀ ਦੀ ਲਾਹੀ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸੇਵਾ ਕਰਨੀ, ਅੱਗੇ ਵਾਸਤੇ ਸੁਸਪਸ਼ਟ ਗੁਰਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਗੁਰੂ ਜਸ ਕੀਰਤਨ ਕਰਨੀ, ਬਲਬੁਲ ਸਮਰੱਥਾ ਬਖਸ਼ਿਸ਼ ਕਰਨੀ, ਵਿਛੜੀ ਆਤਮਾ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨੇ, ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਸਰਦਾਰ ਗੁਰਮੇਲ ਸਿੰਘ ਜੀ ਮੱਲੀ, ਸਰਦਾਰ ਦਲਜੀਤ ਸਿੰਘ ਜੀ ਮੱਲੀ, ਇਸ ਨੂੰ ਪਰਿਵਾਰ ਅਤੇ ਉਹਨਾਂ ਦੇ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਜੋਤੀ ਮੈਂ ਜੋਤ ਰਲ ਜਾਇਆ, ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਰੋਵਣ ਹਾਰੇ ਕਵਨ ਦੇਖ, ਰੋਵਣ ਹਾਰੇ ਕਵਨ ਦੇਖ, ਪਵਨ ਮੈਂ ਪਵਨ ਸਮਾਇਆ, ਜੋਤ
ਕਾ